ਤਸਵੀਰਾਂ ਮਲੋਟ ਸ਼ਹਿਰ ਦੇ ਮੇਨ ਬਾਜ਼ਾਰ ਦੀਆਂ ਨੇ ਅਤੇ ਤਸਵੀਰਾਂ ਵਿੱਚ ਨਜ਼ਰ ਆ ਰਹੀ ਦੁਕਾਨ ਜਵੈਲਰੀ ਸ਼ੋਰੂਮ ਹੈ ਅਤੇ ਸ਼ੋਰੂਮ ਦੇ ਬਾਹਰ ਵਿਅਕਤੀ ਆਪਸ ਵਿੱਚ ਝਗੜਦੇ ਦਿਖਾਈ ਦੇ ਰਿਹਾ ਹੈ। ਇਸ ਝਗੜੇ ਵਿੱਚ ਸ਼ੋਰੂਮ ਦੇ ਮਾਲਕ ਸਮੇਤ 5 ਵਿਅਕਤੀ ਜ਼ਖਮੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਜ਼ਖਮੀਆਂ ਵਿੱਚ ਮਲੋਟ ਸ਼ਹਿਰ ਦਾ ਇੱਕ ਕਾਂਗਰਸੀ ਆਗੂ ਅਤੇ ਦੂਜਾ ਉਸਦਾ ਭਰਾ ਵੀ ਸ਼ਾਮਲ ਹੈ। ਮਾਮਲਾ ਇਹ ਸੀ ਕਿ ਇੱਕ ਜਵੈਲਰੀ ਸ਼ੋਰੂਮ ਮਾਲਕ ਨੇ ਸਫਾਈ ਕਰਕੇ ਬਚਿਆ ਹੋਇਆ ਪਾਣੀ ਬਰਸਾਤੀ ਨਾਲੇ ਵਿੱਚ ਡੋਲ੍ਹ ਦਿੱਤਾ ਅਤੇ ਗੁਆਂਢੀ ਦੁਕਾਨਦਾਰ ਜੋ ਕਿ ਕਾਂਗਰਸੀ ਆਗੂ ਦਾ ਭਰਾ ਹੈ ਨੇ ਸ਼ੋਰੂਮ ਦੇ ਮਾਲਕ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਹਾਂ ਵਿਚਕਾਰ ਤਕਰਾਰ ਇੰਨੀ ਵੱਧ ਗਈ ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹੈ। ਮੇਰਾ ਨਾਂ ਸਤਪਾਲ ਹੈ ਜੀ। ਆਪਣੀ ਮੇਨ ਬਾਜ਼ਾਰ 'ਚ ਸ਼ੋਪ ਹੈ ਕੰਡਾ ਜਵੈਲਰ ਜੀ। ਮੈਂ ਸਫਾਈ ਸਫੂਈ ਕਰਕੇ ਜੀ ਮਤਲਬ ਕਿ ਪੋਚਾ ਪੂਚਾ ਲਾ ਕੇ ਫਰਨੈਲ ਵਾਲਾ ਪੋਚਾ ਲਾਈ ਜਾਂਦਾ ਸੀਗਾ ਜੀ, ਅਤੇ ਉਹ ਮਤਲਬ ਕਿ ਜਿਹੜਾ ਫਰਨੈਲ ਵਾਲਾ ਪਾਣੀ ਸੀਗਾ ਨਾਲ ਬਰਸਾਤੀ ਚੈਂਬਰ ਬਣਿਆ ਹੋਇਆ, ਮੈਂ ਉਹਦੇ ਵਿੱਚ ਡੋਲ ਕੇ ਮਤਲਬ ਕਿ ਅੰਦਰ ਨੂੰ ਆ ਗਿਆ ਜੀ। ਠੀਕ ਹੈ ਜੀ। ਇੰਨੇ 'ਚ ਦੋਨੇ ਭਰਾ ਆ ਗਏ, ਪਿੰਕੀ ਅਤੇ ਭੋਲਾ ਰਾਮ ਸਿੰਘ ਭਾਂਡਿਆਂ ਵਾਲੇ ਜੀ, ਅਤੇ ਨਾਲ ਉਹਨਾਂ ਦੇ 3 ਮੁਲਾਜ਼ਮ ਸੀਗੇ ਜੀ। ਠੀਕ ਹੈ ਜੀ। ਮੈਨੂੰ ਮਤਲਬ ਕਿ ਅੰਦਰ ਉਹਨਾਂ ਆ ਕੇ ਕਹਿੰਦੇ ਮਤਲਬ ਕੀ ਗੱਲ ਹੈ, ਕਿਉਂ ਗੰਦ ਪਾਇਆ? ਮੈਂ ਕੀ ਗੱਲ ਹੋ ਗਈ ਵੀਰ ਜੀ? ਕਹਿੰਦੇ ਤੂੰ ਤੇਜ਼ਾਬ ਵਾਲਾ ਪਾਣੀ ਡੋਲੀ ਜਾਂਦਾ। ਮੈਂ ਕਿਹਾ ਤੇਜ਼ਾਬ ਵਾਲਾ ਕਿੱਥੇ ਹੈ ਵੀਰ ਜੀ? ਆ ਮੇਰੇ ਕੋਲ ਬਾਲਟੀ ਹੈਗੀ ਹੈ, ਮਤਲਬ ਕਿ ਫਰਨੈਲ ਨਾਲ ਪੋਚਾ ਲਾਇਆ ਮੈਂ, ਅਤੇ ਇੰਨੀ ਗੱਲ ਮੈਂ ਉਹਨੂੰ ਦਿਖਾ ਕੇ, ਅਤੇ ਉਹ ਕਹਿੰਦਾ ਜੇ ਤੂੰ ਇੱਕੋ ਪਿਓ ਦਾ ਪੁੱਤ ਹੈਗਾ ਤਾਂ ਹੁਣ ਤੂੰ ਗੰਦ ਪਾ ਕੇ ਵਿਖਾਈ। ਮੈਂ ਕਿਹਾ ਬਾਈ ਜੀ, ਚੈਂਬਰ ਤਾਂ ਸਾਰਿਆਂ ਦਾ ਸਾਂਝਾ ਹੀ ਹੁੰਦਾ, ਕੱਲ੍ਹ ਨੂੰ ਬਾਰਿਸ਼ ਆ ਗਈ ਫਿਰ ਕਿਹੜਾ ਆਪਾਂ ਕਿਸੇ ਨੂੰ ਰੋਕ ਲਾਂਗੇ? ਫਿਰ ਉਹਨੇ ਮੈਨੂੰ ਗੰਦੀ ਗਾਲ ਕੱਢ ਕੇ ਲਲਕਾਰਾ ਦਿੱਤਾ ਉਹਨੇ। ਮੈਂ ਕਿਹਾ ਜੀ ਇੰਨੀ ਗੱਲ ਆ ਤਾਂ ਮੇਰਾ ਕਾਊਂਟਰ 'ਤੇ ਗਲਾਸ ਪਿਆ ਸੀ ਅੱਧਾ ਪਾਣੀ ਵਾਲਾ, ਮੈਂ ਖਿਆਲ ਲੈ ਮੈਂ ਆਪਦੇ ਬਾਹਰ 'ਚ ਹੀ ਡੋਲਤਾ, ਅਤੇ ਇੰਨੇ 'ਚ ਮੈਂ ਅੰਦਰ ਆ ਗਿਆ। ਪਿੱਛੋਂ ਮੇਰਾ ਆਹ ਕੋਲਰ ਫੜ ਕੇ ਮਤਲਬ ਕਿ ਉਹਨਾਂ ਨੇ ਦੋਨਾਂ ਭਰਾਵਾਂ ਨੇ ਕੁੱਟਿਆ, ਮੈਨੂੰ ਥੱਲੇ ਸਿੱਟ ਲਿਆ। ਉਦੋਂ ਬਾਅਦ ਜਿਹੜੇ 3 ਮੁਲਾਜ਼ਮ ਸੀਗੇ ਉਹਨਾਂ ਨੇ ਵੀ ਮੇਰੇ ਵੱਖੀਆਂ ਬੁੱਖੀਆਂ 'ਚ ਲੱਤਾਂ ਮਾਰੀਆਂ, ਮੇਰਾ ਬਹੁਤ ਬੁਰਾ ਹਾਲ ਕਰਤਾ। ਉਹਨਾਂ ਦਾ ਜਿਹੜਾ ਭਰਾ ਭੋਲਾ ਦਾੜੀ ਵਾਲਾ ਹੈਗਾ, ਉਹਨੇ ਮੇਰੇ ਇੱਥੇ ਆਹ ਦੰਦੀ ਵੱਢੀ ਆ, ਮਾਸ ਹੀ ਸਾਰਾ ਖਾ ਕੇ ਲੈ ਗਿਆ ਜੀ। ਅੰਦਰ ਸੀਗੇ ਜੀ। ਹਾਂਜੀ ਹਾਂਜੀ, ਅੰਦਰ ਵੜ ਕੇ ਕੀਤਾ ਜੀ, ਖਿੱਚ ਕੇ ਸ਼ੀਸ਼ਾ ਭੰਨਿਆ ਜੀ ਸਾਡਾ ਨਾਲੇ। ਹਾਂਜੀ, ਭੰਨ ਤੋੜ ਵੀ ਕੀਤੀ ਹੈ। ਮੇਰੇ ਇੱਕ ਮੁੰਦਰੀ 'ਤੇ ਚੈਨ ਸੀਗੀ, ਉਹ ਪਤਾ ਨਹੀਂ ਹੁਣ ਮੈਂ ਕਿਤੇ ਰੱਖ ਕੇ ਭੁੱਲ ਗਿਆ ਕਿ ਮੇਰੀ ਡਿੱਗ ਪਈ ਲੜਾਈ ਹੱਥਾਂ ਭਾਈ 'ਚ, ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਗਾ। ਮੈਨੂੰ ਤਾਂ ਘਬਰਾਹਟ ਹੋ ਗਈ, ਮੈਂ ਤਾਂ ਡਿੱਗ ਪਿਆ, ਮੈਨੂੰ ਤਾਂ ਲੋਕਾਂ ਨੇ ਛਡਾਇਆ ਆਂਢ ਗੁਆਂਢ ਨੇ। ਭੰਨ ਤੋੜ ਜੀ, ਉਦੋਂ ਬਾਅਦ ਉਹਨਾਂ ਦਾ ਜਿਹੜਾ ਛੋਟਾ ਭਰਾ ਹੈਗਾ ਜੀ ਮੀਨੂੰ, ਉਹਨੂੰ ਬੁਲਾ ਲਿਆ। ਉਹਦੇ ਨਾਲ ਵੀ 4 ਮੁੰਡੇ ਸੀਗੇ, ਇੱਕ ਦੇ ਹੱਥ 'ਚ ਤਾਂ ਸੀਗੀ ਜੀ ਮਤਲਬ ਕਿ ਹਾਕੀ ਸੀਗੀ ਜੀ, ਇੱਕ ਦੇ ਹੱਥ 'ਚ ਰੌਡ ਸੀਗੀ, ਅਤੇ ਇੱਕ ਦੇ ਹੱਥ 'ਚ ਉਹ ਤਿੱਖੀ ਜਿਹਾ ਹੋਰ ਸੀਗਾ ਜੀ। ਠੀਕ ਹੈ ਜੀ। ਇੰਨੇ 'ਚ ਰਸ਼ ਹੋ ਗਿਆ ਜੀ, ਮੇਰੇ ਮਾਮੇ ਦਾ ਮੁੰਡਾ ਕੋਲੇ ਖੜਾ ਸੀਗਾ, ਉਹਨੇ ਐਂ ਲੁਕੋ ਕੇ ਮਤਲਬ ਕਿ ਕੀਤਾ ਜੀ, ਉਹ ਮੇਰੇ ਮਾਰਨ ਲੱਗਿਆ, ਪਤਾ ਨਹੀਂ ਤਾਂ ਮੈਂ ਥੱਲੇ ਬਹਿ ਗਿਆ ਕਿ ਪਤਾ ਨਹੀਂ ਇਹਦੀ ਮਾਰਦਾ ਸੀਗਾ, ਇਹਦੇ ਇੱਥੇ ਵੱਜੀ ਜੀ, ਇੱਧਰ ਕਰਿਓ ਜੀ ਮਾੜਾ ਜਿਹਾ, ਇੱਥੇ ਵੱਜੀ ਜੀ, ਟਾਂਕੇ ਲੱਗੇ ਆ ਜੀ ਇਹਦੇ। ਕੀ ਮੰਗ ਕਰਦੇ ਹੋ? ਹਾਂਜੀ, ਬਸ ਅਸੀਂ ਸਾਡੀ ਇਹ ਮੰਗ ਹੈ ਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਸ਼ਰੇਆਮ ਇਹਨਾਂ ਲੋਕਾਂ ਨੇ ਬਦਮਾਸ਼ੀ ਫੈਲਾਈ ਵੀ ਹੈ ਜੀ, ਕੋਈ ਇਹ ਥੋੜ੍ਹਾ ਹੁੰਦਾ ਜੀ ਵੀ ਆਪਾਂ ਸ਼ਹਿਰ 'ਚ ਰਹਿੰਦੇ ਹਾਂ ਜੀ, ਅਸੀਂ ਵੀ ਪੁਰਾਣੇ ਰਹਿੰਦੇ ਹਾਂ, ਸਾਨੂੰ ਕਈ ਸਾਲ ਹੋ ਗਏ ਬਾਜ਼ਾਰ 'ਚ ਰਹਿੰਦਿਆਂ ਨੂੰ ਜੀ, ਅਸੀਂ ਕਿਸੇ ਨਾਲ ਲੜੇ ਹੋਈਏ, ਬੋਲੇ ਹੋਈਏ, ਸਾਡੇ 'ਚ ਕੋਈ ਕਮੀ ਹੋਵੇ ਸਾਨੂੰ ਆਖੇ, ਸਾਡੇ ਭਾਵੇਂ 100 ਜੁੱਤੇ ਮਾਰ ਲਏ, ਪਰ ਸਾਨੂੰ ਕਿਤੇ ਅਕਾਲੀਆਂ ਵੱਲ ਸੀਗੇ ਪਹਿਲਾਂ ਜੀ, ਹੁਣ ਕਾਂਗਰਸ ਵੱਲ ਹੋਏ ਪਏ ਆ ਜੀ। ਇਹਨਾਂ ਲੋਕਾਂ ਦਾ ਪਤਾ ਨਹੀਂ ਗਾ, ਇਹ ਮਤਲਬ ਕਿ ਪਾਰਟੀ ਵੇਖ ਕੇ ਜਿਹੜੀ ਚੀਜ਼ ਪਾਰਟੀ ਦਾ ਪਲਡਾ ਭਾਰੀ ਹੁੰਦਾ ਜੀ, ਉੱਧਰ ਹੀ ਹੋ ਜਾਂਦੇ ਆ ਜੀ। ਇਹ ਚੀਜ਼ ਦਾ ਇਹ ਨਜਾਇਜ਼ ਫਾਇਦਾ ਉਠਾਉਂਦੇ ਆ ਜੀ, ਲੋਕਾਂ ਨੂੰ ਪਰੇਸ਼ਾਨ ਕਰਦੇ ਆ ਜੀ, ਬਦਮਾਸ਼ੀਆਂ ਫੈਲਾਉਂਦੇ ਆ ਜੀ। ਇਹ ਸਾਡੇ ਗੁਆਂਢ 'ਚ ਸੁਨਹਿਰੇ ਦੁਕਾਨ ਹੈ ਜੀ, ਉਹਨਾਂ ਨੇ ਤੇਜ਼ਾਬ ਕਰੀਬ ਰੋਜ਼ ਬਾਹਰ ਡੋਲਦੇ ਆ ਜੀ। ਉਹਨਾਂ ਨੂੰ ਜਾ ਕੇ ਰੋਕਿਆ ਗਿਆ ਵੀ ਤੇਜ਼ਾਬ ਤੁਸੀਂ ਬਾਹਰ ਨਾ ਡੋਲਿਆ ਕਰੋ,
ਅਤੇ ਰਿਸੀਵਰ ਵੀ ਖਰਾਬ ਹੁੰਦਾ ਹੈਗਾ ਅਤੇ ਉਹ ਕਹਿੰਦੇ ਜੀ ਅਸੀਂ ਤਾਂ ਡੋਲਾਂਗੇ ਜੀ। ਉਹਨਾਂ ਨੇ ਸਾਡੇ ਸਾਹਮਣੇ ਦੁਆਰ ਤੋਂ ਗਲਾਸ ਭਰ ਕੇ ਲੈ ਕੇ ਆਉਂਦਾ ਔਰ ਤੇਜ਼ਾਬ ਦੁਆਰ ਤੋਂ ਡੋਲਿਆ ਉਹਨਾਂ ਨੇ। ਇੰਨਾ ਸਮਝਾਉਣ ਦੇ ਬਾਵਜੂਦ ਸਾਰਾ ਪ੍ਰੋਗਰਾਮ ਉਹਨਾਂ ਦਾ ਪ੍ਰੀ ਪਲੈਨ ਪ੍ਰੋਗਰਾਮ ਸੀ ਉਹਨਾਂ ਦਾ ਜੀ ਵੀ ਅੱਜ ਅਸੀਂ ਤੇਜ਼ਾਬ ਡੋਲਾਂਗੇ ਅਤੇ ਇਹ ਕੁਛ ਕਹਿਣਗੇ ਅਤੇ ਅਸੀਂ ਲੜਾਂਗੇ। ਉਹਨਾਂ ਦੇ ਹੱਥ ਦੇ ਵਿੱਚ ਸਾਰੇ ਜਿਹੜੇ ਬੰਦੇ ਉਹਨਾਂ ਦੇ ਅੰਦਰ ਬੈਠੇ ਸੀ ਜੀ ਉਹਨਾਂ ਦੇ ਹੱਥ 'ਚ ਲੋਹੇ ਦੀਆਂ ਥੋੜੀਆਂ ਅਤੇ ਸੁੰਬੇ ਸਾਂਬੇ ਵਗੈਰਾ ਹੈਗੇ ਸੀ ਜੀ। ਉਹਨਾਂ ਨੇ ਜਿਵੇਂ ਕਹਿੰਦੇ ਸਾਡਾ ਹੱਥਾਪਾਈ ਕਰਨ ਦੀ ਕੋਸ਼ਿਸ਼ ਕੀਤੀ ਜੀ, ਹੱਥਾਪਾਈ ਕੀਤੀ ਵੀ ਸਾਡੇ ਨਾਲ, ਕੋਸ਼ਿਸ਼ ਨਹੀਂ ਕੀਤੀ ਵੀ ਸਾਡੇ ਨਾਲ ਜੀ, ਲੇਕਿਨ ਅਸੀਂ ਫਿਰ ਵੀ ਚੁੱਪ ਕਰਕੇ ਅਸੀਂ ਵਾਪਸ ਆਪਣੀ ਦੁਕਾਨ 'ਤੇ ਆ ਕੇ ਬੈਠ ਗਏ। ਬਾਜ਼ਾਰ ਉਹਨਾਂ ਦੇ ਬਿਲਕੁਲ ਨਾਲ ਦੋ ਸਾਈਡ ਛੱਡ ਕੇ ਉਹਨਾਂ ਦੇ ਰੈਲੇਟਿਵ ਦੀ ਸੁਨਹਿਰੇ ਦੁਕਾਨ ਹੈਗੀ ਹੈ ਜੀ ਉਹਨਾਂ ਨੇ, ਅਤੇ ਉਹਨਾਂ ਨੇ ਸੁਨਹਿਰੇ ਦੁਕਾਨ ਹੈਗੀ ਹੈ ਉਹਨਾਂ, ਉਹ ਸਾਡੇ ਕੋਲ ਆਏ, ਉਹ ਆ ਕੇ ਕਹਿੰਦੇ ਨਹੀਂ ਚਲੋ ਜੀ ਇਹਨਾਂ ਕੋਲ ਗਲਤੀ ਹੋ ਗਈ ਹੈ, ਜੋ ਵੀ ਇਹਨਾਂ ਨੇ ਕੀਤਾ ਅਸੀਂ ਇਹਨਾਂ ਨੂੰ ਸਮਝਾਵਾਂਗੇ, ਪੰਚਾਇਤੀ ਤੌਰ 'ਤੇ ਸਮਝਾਵਾਂਗੇ, ਤੁਸੀਂ ਇਹਨਾਂ ਨੂੰ ਵੀ ਕੋਈ ਕਾਰਵਾਈ ਨਾ ਕਰੋ। ਇਨ ਬਿਟਵੀਨ ਅਸੀਂ ਆਪਣੇ ਬ੍ਰਦਰ ਨੂੰ ਫੋਨ ਕਰਤਾ, ਬ੍ਰਦਰ ਨੇ ਜਿਵੇਂ ਕਹਿੰਦੇ ਆਇਆ, ਬ੍ਰਦਰ ਆ ਕੇ ਉਹਨਾਂ ਨੂੰ ਆ ਕੇ ਇਹਨਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਲੜਨ 'ਚ ਕੋਈ ਫਾਇਦਾ ਨਹੀਂ ਹੈਗਾ ਅਤੇ ਜੇ ਵੀ ਕੋਈ ਗੱਲਬਾਤ ਹੈਗੀ ਤਾਂ ਬੈਠ ਕੇ ਆਪਦਾ ਤੁਸੀਂ ਕਰ ਲਓ। ਉਹ ਵਾਪਸ ਮੁੜ ਪਏ ਇਸ ਤਰ੍ਹਾਂ ਕਰਕੇ ਅਤੇ ਉਹਦੇ ਮਗਰੋਂ ਬੈਕ ਸਾਈਡ ਤੋਂ ਆ ਕੇ ਅਤੇ ਉਹਦੇ ਲੋਹੇ ਦੀ ਥੋੜ੍ਹੀ ਉਹਦੇ ਸਿਰ 'ਤੇ ਮਾਰੀ ਗਈ ਅਤੇ ਜਿਹੜੀ ਲੋਹੇ ਦੀ ਕਰਾੜ ਸੀ ਉਹ ਮੇਰੇ ਮਾਰੀ, ਮੇਰੇ ਬਾਂਹ 'ਤੇ ਮੇਰੇ ਬੁੱਲ 'ਤੇ, ਅਤੇ ਉਸ ਤੋਂ ਬਾਅਦ ਜਿਵੇਂ ਕਹਿੰਦੇ ਹੋਰ ਹੱਥਾਪਾਈ ਹੋ ਗਈ ਅਤੇ ਇੰਨੇ ਦੇਰ 'ਚੋਂ ਭੱਜ ਪਏ। ਜਦੋਂ ਦੇਖਿਆ ਵੀ ਸੱਟ ਜ਼ਿਆਦਾ ਵੱਜ ਗਈ ਆ, ਖੂਨ ਖੂਨ ਹੋ ਗਿਆ ਕੰਮ, ਤਾਂ ਇੰਨੇ ਦੇਰ 'ਚ ਭੱਜ ਪਏ। ਹੱਥਾਪਾਈ ਦੇ 'ਚ ਤਾਂ ਫਿਰ ਕੋਈ ਕਿਸੇ ਦੇ ਹੋਰ ਵੀ ਸੱਟ ਵੱਜ ਸਕਦੀ ਹੈ, ਸਾਡੇ ਵੀ ਵੱਜ ਸਕਦੀ, ਉਹਨਾਂ ਦੀ ਵੱਜ ਸਕਦੀ, ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਹੈਗਾ। ਦੁਕਾਨ 'ਤੇ ਖੁਦ ਸ਼ੀਸ਼ਾ ਆਪ ਦੀ ਥੋੜ੍ਹੀ ਆਪ ਮਾਰ ਕੇ ਸ਼ੀਸ਼ਾ ਤੋੜਿਆ ਗਿਆ, ਸਾਰਾ ਬਾਜ਼ਾਰ ਇਸ ਗੱਲ ਦਾ ਗਵਾਹ ਹੈ। ਬਾਜ਼ਾਰ ਸਾਰਾ ਬੰਦ ਹੁੰਦਾ ਸੀ, ਅਸੀਂ ਬਾਜ਼ਾਰ ਨੂੰ ਰੋਕਿਆ, ਅਸੀਂ ਕਹਿੰਦੇ ਬਾਜ਼ਾਰ ਬੰਦ ਨਹੀਂ ਕਰਨਾ, ਬਾਜ਼ਾਰ ਕਾਹਦੇ ਪਿੱਛੇ ਬੰਦ ਕਰਨਾ ਹੈਗਾ, ਕੋਈ ਗੱਲ ਨਹੀਂ ਜੋ ਹੋਏਗਾ ਦੇਖ ਲਾਂਗੇ। ਹਾਂ ਹਾਂ, ਆਏ ਕਿਸੇ ਨਾਲ ਹੈ ਜੀ, ਗਵਰਨਮੈਂਟ ਕਾਰਪੋਰੇਸ਼ਨ ਵਾਲਿਆਂ ਨਾਲ ਉਹ ਆਇਆ, ਕਾਰ ਤੋਂ ਉਤਰਿਆ, ਪੱਪੀ ਪ੍ਰਧਾਨ ਜੀ ਜਿਵੇਂ ਕਹਿੰਦੇ ਬਾਹਰ ਨੂੰ ਉੱਥੇ ਉਡੀਕ ਰਹੇ ਹੈ, ਉਹਨਾਂ ਨੇ ਬਾਹਰ ਜਾਣਾ ਸੀ ਅੱਜ, ਚਿੰਤਪੁਰ ਨਹੀਂ ਜਾਣਾ ਸੀ ਉਹਨਾਂ ਨੇ, ਬਾਹਰ ਉਡੀਕ ਰਹੇ ਹੈ, ਅਤੇ ਉਹ ਤਾਂ ਸਿਰਫ ਦੁਕਾਨ 'ਤੇ ਸਿਰਫ ਇੱਕ ਇੰਨਾ ਕਹਿਣ ਵਾਸਤੇ ਆਇਆ ਸੀ, ਇੰਨਾ ਮੈਸੇਜ ਦੇਣ ਵਾਸਤੇ ਆਇਆ ਸੀ, ਯਾਰ ਕੋਈ ਗੱਲਬਾਤ ਹੈ ਨਾ ਤਾਂ ਤੁਸੀਂ ਗੱਲਬਾਤ ਆਪਾਂ ਬੈਠ ਕੇ ਕਰ ਲਾਂਗੇ ਅਤੇ ਤੁਸੀਂ ਲੜਾਈ ਝਗੜਾ ਨਹੀਂ ਕਰਨਾ। ਉਹ ਤਾਂ ਵਾਪਸ ਮੁੜ ਪਏ, ਵਾਪਸ ਮੁੜ ਪਿਆ ਸਾਰਾ ਬਾਜ਼ਾਰ, ਬਾਜ਼ਾਰ ਦੇ ਆਹ ਬੈਠੇ ਬੰਦੇ ਜੀ, ਹੋਰ ਬਾਜ਼ਾਰ ਦੇ ਬੰਦੇ ਬੈਠੇ ਸੀ, ਉਹ ਜਿਵੇਂ ਕਹਿੰਦੇ ਮੁੜ ਪਏ ਸੀ, ਉਹ ਤਾਂ ਬੈਗ ਤੋਂ ਖੋਪੜੀ 'ਤੇ ਮਾਰੀ ਹੈ ਥੋੜ੍ਹੀ ਜੀ। ਹਾਂ, ਹਮਲਾ ਉਹਨਾਂ ਨੇ ਕੀਤਾ, ਪਹਿਲਾਂ ਉਹਨਾਂ ਨੇ ਹਮਲਾ ਕੀਤਾ, ਹਮਲਾ ਕਰਨ ਤੋਂ ਬਾਅਦ ਨਾ ਜੀ ਉਹ ਫਿਰ ਭੱਜ ਪਏ ਆਪਣੀ ਦੁਕਾਨ ਵਾਲੇ ਪਾਸੇ ਜੀ, ਉਹਨਾਂ ਨੇ ਦੁਕਾਨ 'ਤੇ ਜਾ ਕੇ ਆਪਣੀ ਦੁਕਾਨ 'ਤੇ ਸ਼ੀਸ਼ਾ ਤੋੜਿਆ, ਆਪਦਾ ਸ਼ੀਸ਼ਾ ਤੋੜਿਆ, ਵੀ ਕੋਈ ਨਾ ਕੋਈ ਤਾਂ ਪਲੈਨਿੰਗ ਬਣੀ ਹੋਈ ਸੀ ਉਹਨਾਂ ਦੀ, ਵੀ ਪਲੈਨਿੰਗ ਬਣੀ ਸੀ ਆਪਾਂ ਇਸ ਤਰੀਕੇ ਨਾਲ ਕਰਨਾ ਕੰਮ, ਅਤੇ ਤਾਂ ਹੀ ਇਲਜ਼ਾਮ ਲੱਗੂਗਾ, ਜੇ ਕੋਈ ਸ਼ੀਸ਼ਾ ਨਾਲ ਟੁੱਟੂਗਾ ਤਾਂ ਕੁਛ ਨਾ ਟੁੱਟੂ, ਕਿਵੇਂ ਪਤਾ ਲੱਗੂਗਾ? ਅਸੀਂ ਇਨਸਾਫ ਚਾਹੁੰਦੇ ਹਾਂ ਜੀ, ਅੱਜ ਵੀ ਦੁਕਾਨ 'ਤੇ ਜਾ ਕੇ ਦੇਖ ਲਓ ਉਹਨਾਂ ਦਾ ਕੰਡਾ ਜਵੈਲਰ ਦਾ ਬੋਰਡ ਦੁਕਾਨ 'ਤੇ ਆਪਦੇ ਥੜੇ ਨਾਲੋਂ 2 ਫੁੱਟ 1.5 ਫੁੱਟ ਹੋਰ ਵਧਾ ਕੇ ਲੱਗਿਆ ਹੋਇਆ ਜੀ, ਜਿਸ ਦਾ ਸਾਰੇ ਬਾਜ਼ਾਰ ਨੂੰ ਇਤਰਾਜ਼ ਹੈ। ਸਾਡੇ ਨਾਲ ਪੜੋਸੇ ਸਾਡੇ ਮੋਂਗਾ ਸ਼ੂ ਵਾਲੇ ਆ, ਮੋਂਗਾ ਸ਼ੂ ਵਾਲਿਆਂ ਨੇ ਕਿਹਾ ਵੀ ਸਾਨੂੰ ਓਹਲਾ ਹੁੰਦਾ, ਅਸੀਂ ਇਹਨਾਂ ਨੂੰ ਜਾ ਕੇ ਰਿਕੁਐਸਟ ਕੀਤੀ ਇਹਨਾਂ, ਲੇਕਿਨ ਇਹਨਾਂ ਨੇ ਬੋਰਡ ਨਹੀਂ ਚੱਕਿਆ ਜੀ। ਹਮੇਸ਼ਾ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨਾਲ ਲੜਾਈ ਕੀਤੀ ਜਾਵੇ ਗੁਆਂਢੇ 'ਚ, ਵੀ ਇਹਨਾਂ ਨੂੰ ਤੰਗ ਕੀਤਾ ਜਾਵੇ। ਇਹ ਹੁਣ ਇਹਨਾਂ ਦਾ ਕੀ ਮੰਸ਼ ਹੈ ਸਾਨੂੰ ਨਹੀਂ ਪਤਾ ਇਸ ਬਾਰੇ। ਸੱਟ 4-5 ਜਣਿਆਂ ਦੇ ਲੱਗੀ ਹੈ ਜੀ ਸਰ, ਸੱਟ ਆਪਣੀ ਦੁਕਾਨ 'ਤੇ 2 ਮੁਲਾਜ਼ਮਾਂ ਦੇ ਲੱਗੀ ਹੈ ਜੀ, ਛੁਡਾਉਣ ਦੇ 'ਚ ਮੇਰੇ ਲੱਗੀ ਹੈ, ਮੀਨੂ ਦੇ ਲੱਗੀ ਹੈ ਜੀ, ਹੋਰ ਵੀ ਕਿਸੇ ਲੱਗੀ ਹੋਣੀ ਹੈ, ਪਤਾ ਨਹੀਂ ਹੈਗਾ ਜੀ।